ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿਸਾਨ ਅੰਦੋਲਨ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ, ਸਰਕਾਰ ਵੱਲੋਂ ਕੋਈ ਵੀ ਵਿਸ਼ਵਸਨੀਏ ਜਿਹੜਾ ਵਾਅਦਾ ਵੈ ਜਾਂ ਦਾਅਵਾ ਵੈ ਨਹੀਂ ਕੀਤਾ ਜਾ ਰਿਹਾ, ਸਿਰਫ ਵਰਬਲ ਗੱਲਾਂ ਨੇ ਵੀ ਮੂੰਹ ਜ਼ਬਾਨੀ ਅਸੀਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਉਹਨੂੰ ਲੈ ਕੇ ਜਿੱਥੇ ਸਾਰੇ ਭਾਰਤ ਦੇ ਵਿੱਚ ਰੋਸ਼ ਹੈ ਉੱਥੇ ਅਸੀਂ ਖੰਨੇ ਦੀ ਇਸ ਟਾਈਮ ਦਾਣਾ ਮੰਡੀ ਦੇ ਵਿੱਚ ਖੜੇ ਹਾਂ, ਜਿੱਥੋਂ ਕਿ ਅੱਜ ਬਹੁਤ ਵੱਡਾ ਕਾਫਲਾ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਜਾ ਰਿਹਾ, ਜਿਹਦੀ ਕਿ ਰਹਿਨਮਾਈ ਸਾਡੇ ਖੰਨੇ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਰੋਸ਼ਾ ਜੀ ਕਰ ਰਹੇ ਨੇ, ਆਓ ਜਾਣਦੇ ਆ ਇਹਨਾਂ ਤੋਂ, ਹਰਬੰਸ ਰੋਸ਼ਾ ਜੀ ਕਰ ਰਹੇ ਨੇ, ਆਓ ਜਾਣਦੇ ਆ ਉਹਨਾਂ ਤੋਂ ਕਿ ਸਰ ਕੀ ਇਹਨਾਂ ਦਾ ਪੋਰਟਫੋਲੀਓ ਹੈ ਤੇ ਕੀ ਪ੍ਰੋਫਾਈਲ ਹੈ ਜਿਹੜੀ ਕਿ ਅੱਜ ਦਿੱਲੀ ਜਾ ਰਹੇ ਨੇ, ਪਹਿਲਾਂ ਤਾਂ ਵੈਲਕਮ ਸਰ ਸਾਡੇ ਚੈਨਲ ਤੇ ਜੀ। सब तो पहला तो मैं थोड़ा प्रेस का धन्यवाद करदा जिहड़ा तुसीं साडा जिहड़ा बड़ा बड़ा दिल्ली का मीडिया खरीदिया होया वो साडी कोई कवरिंग करदा, तुसीं साडी कवरिंग करदे थोड़ा बहुत बहुत धन्यवाद। जिहड़ा ये किसान यूनियन ने दिल्ली घेरी हुई है 25 तरीक तो, जिहड़े काले कानून बनाए ने मोदी सरकार ने, उहदे विरोध दे विच पंजाब का, हरियाणे का, राजस्थान का, यूपी का, मध्य प्रदेश का, वो सारा किसान आड़ती आ ਅਤੇ ਮਜ਼ਦੂਰ ਇਕੱਠਾ ਹੈ। ਅੱਜ ਅਸੀਂ ਖੰਨਾ ਮੰਡੀ, ਏਸ਼ੀਆ ਸਭ ਤੋਂ ਬੜੀ ਮੰਡੀ ਹੈ, ਅੱਜ ਅਸੀਂ ਖੰਨਾ ਮੰਡੀ ਵਿੱਚੋਂ ਆਪਣਾ ਦਿੱਲੀ ਜਾ ਰਹੇ ਹਾਂ, ਦਿੱਲੀ ਘੇਰਨ ਵਾਸਤੇ ਕਿਸਾਨਾਂ ਦੇ ਝੰਡੇ ਥੱਲੇ, ਕਿਸਾਨਾਂ ਦੇ ਝੰਡੇ ਥੱਲੇ ਜਾ ਰਹੇ ਪੰਜਾਬ ਦਾ ਅੱਜ ਜ਼ਿਲ੍ਹਾ ਮੋਗਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹਾ ਅੱਜ ਕੂਚ ਕਰ ਰਿਹਾ ਹੈ ਖੰਨਾ ਮੰਡੀ ਦੇ ਵਿੱਚੋਂ ਦਿੱਲੀ ਵਾਸਤੇ। 25 ਬੱਸਾਂ ਦਾ ਇੱਕ ਕਾਫਲਾ ਜਿਹਦੇ ਵਿੱਚ ਸਾਡਾ ਹਜ਼ਾਰ ਸਾਡਾ ਮਜ਼ਦੂਰ ਅਤੇ ਮਨੀਮ ਅਤੇ ਆੜ੍ਹਤੀਆ ਜਾ ਰਿਹਾ ਹੈ, ਅਸੀਂ ਮੋਦੀ ਦਾ ਸਿਆਪਾ ਕਰਨ ਜਾ ਰਹੇ ਹਾਂ ਦਿੱਲੀ, ਜਿੰਨਾ ਚਿਰ ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਕਾਨੂੰਨ ਦਾ ਜਿਹੜਾ ਅਸਰ ਹੈ ਆੜ੍ਹਤੀ ਮਜ਼ਦੂਰ ਈਵਨ ਕਿ ਮੰਡੀ ਕਰਨ ਤੱਕ ਤੇ ਵੀ ਪੈ ਰਿਹਾ ਵੈ, ਉਹ ਕਹਿੰਦੇ ਨੇ ਕਿ ਮੰਡੀਆਂ ਨੇ ਅਸੀਂ ਆਧੁਨਿਕ ਕਰਨੀਆਂ ਨੇ ਅਤੇ ਜਿਹੜੀ MSP ਹੈ ਉਹਨੂੰ ਕਾਨੂੰਨ ਦਾ ਹਿੱਸਾ ਬਣਾਉਣ ਜਾ ਰਿਹਾ, ਬਟ ਆਪਣੇ ਮੰਗ ਹੈ ਜਿਹੜੀ ਕਿ ਕਾਨੂੰਨ ਨੂੰ ਬਿਲਕੁਲ ਰੱਦ ਕਰ ਦਿੱਤਾ ਜਾਵੇ ਅਤੇ ਕਿਸਾਨ ਜਥੇਬੰਦੀਆਂ ਦੀ ਸਲਾਹ ਦੇ ਨਾਲ ਨਵਾਂ ਕਾਨੂੰਨ ਬਣਾਇਆ ਜਾਵੇ ਜਿਹੜਾ ਕਿ ਸਾਰਿਆਂ ਦੇ ਹੱਕ ਵਿੱਚ ਹੋਵੇ, ਤੁਸੀਂ ਵੀ ਇਸ ਚੀਜ਼ ਦੇ ਹੱਕ 'ਚ ਹੋ ਸਰ। ਜਿਹੜਾ ਇਹ ਪੰਗਾ ਲਿਆ ਨਾ, ਪੁੱਠਾ ਪੰਗਾ ਲਿਆ ਮੋਦੀ ਨੇ ਪੰਜਾਬੀਆਂ ਨਾਲ, ਇਹਨੂੰ ਮਹਿੰਗਾ ਪੈਣਾ ਬਹੁਤ ਜ਼ਿਆਦਾ। ਮੈਂ ਵਾਰਨਿੰਗ ਦੇਣਾ ਚਾਹੁੰਦਾ ਪੰਜਾਬ ਦੇ ਆੜ੍ਹਤੀਆਂ ਵੱਲੋਂ, ਮਨੀਮਾ ਅਤੇ ਮਜ਼ਦੂਰਾਂ ਵੱਲੋਂ, ਵੀ ਜਿੰਨਾ ਚਿਰ ਇਹ ਜਿਹੜਾ ਇਹ ਕਾਲੇ ਗੁਰ ਵਾਪਸ ਨਹੀਂ ਆਉਂਦਾ, ਅਸੀਂ ਕਿਸਾਨਾਂ ਦੇ ਝੰਡੇ ਥੱਲੇ ਦਿੱਲੀ ਹੀ ਧਰਨਾ ਲਾ ਕੇ ਰੱਖਾਂਗੇ। ਹੁਣ ਸਾਡਾ ਪ੍ਰੋਗਰਾਮ ਅੱਜ ਦਾ ਇਹ ਹੈ ਵੀ ਅਸੀਂ ਆਪਣਾ ਟੈਂਟ ਨਾਲ ਲੈ ਕੇ ਚੱਲੇ ਹਾਂ, 1000 ਬੰਦੀ ਦਾ ਇੰਤਜ਼ਾਮ ਕਰਕੇ ਟੈਂਟ ਲਾ ਕੇ ਨਾਲ ਲੈ ਕੇ ਚੱਲੇ ਹਾਂ, ਵੀ ਰੋਜ਼ ਦੀ ਰੋਜ਼ ਅਸੀਂ ਅੱਜ ਉਹਨਾਂ ਜੱਥਾ ਜਾਊਗਾ, ਕੱਲ੍ਹ ਨੂੰ ਵਾਪਸ ਆਊਗਾ, ਅਤੇ ਕੱਲ੍ਹ ਨੂੰ ਸ਼ਾਮ ਨੂੰ ਜੱਥਾ ਹੋਰ ਪਹੁੰਚੂਗਾ ਉੱਥੇ ਅਤੇ ਚੌਥੇ ਵਾਪਸ ਆਊਗਾ। ਇਸ ਤਰ੍ਹਾਂ ਅਸੀਂ ਜਿਹੜੇ 22 ਸਾਡੇ ਜ਼ਿਲ੍ਹੇ ਨੇ, ਅਸੀਂ 22 ਜ਼ਿਲ੍ਹੇ ਕਵਰ ਕਰ ਰਹੇ ਨੇ ਪੂਰੇ ਚੰਗੀ ਤਰ੍ਹਾਂ। ਅਤੇ ਮੈਂ ਫਿਰ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਪ੍ਰੈਸ ਵਾਲਿਆਂ ਨੂੰ, ਤੁਹਾਡਾ ਧੰਨਵਾਦ ਬਹੁਤ ਬਹੁਤ ਜ਼ਿਆਦਾ ਜਿਹੜਾ ਤੁਸੀਂ ਸਾਡੇ ਕਵਰਿੰਗ ਕਰਦੇ ਹੋ। ਪਰ ਮੋਦੀ ਸਰਕਾਰ ਨੂੰ ਮੈਂ ਫਿਰ ਕਹਿਣਾ ਚਾਹੁੰਦਾ, ਮੋਦੀ ਸਾਹਿਬ 9 ਤਰੀਕ ਤੁਸੀਂ ਸ਼ੁਰੂ ਕਿਹਾ ਹੈ, ਇਹ ਕਾਨੂੰਨ ਵਾਪਸ ਲੈ ਲਓ, ਇਹ ਗੱਲਾਂ ਚਲਾਕੀਆਂ ਜਿਹੀਆਂ ਨਾ ਕਰੋ ਵੀ ਲਓ ਜੀ ਤੁਹਾਡੀ ਸੋਧ ਕਰ ਦਿੰਦੇ ਹਾਂ, ਕਰ ਦਿੰਦੇ ਹਾਂ। ਜਦੋਂ ਕਿਸਾਨ ਆੜ੍ਹਤੀ ਆ ਮਜ਼ਦੂਰ ਅਤੇ ਲੇਬਰ ਇਹ ਚਾਹੁੰਦੀ ਨਹੀਂ ਹੈਗੀ, ਇਹ ਆਪਣਾ ਕਾਨੂੰਨ ਅਤੇ ਤੁਸੀਂ ਕਿਉਂ ਥੋਪਦੇ ਹੋ? ਇਸ ਕਰਕੇ ਮੈਂ ਫਿਰ ਦੁਬਾਰੇ ਬੇਨਤੀ ਕਰਦਾ ਮੋਦੀ ਸਾਹਿਬ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਭਾਜਪਾ ਦੀ ਸਰਕਾਰ ਨੂੰ, ਇਹ ਕਾਨੂੰਨ ਵਾਪਸ ਲੈ ਲਓ, ਨਹੀਂ ਤਾਂ ਇਹ ਧਰਨਾ ਲੰਬਾ 6 ਮਹੀਨੇ ਸਾਲ ਵੀ ਚੱਲ ਸਕਦਾ। ਅੱਜ ਤੋਂ ਅਸੀਂ ਮੰਡੀਆਂ 3 ਦਿਨ ਵਾਸਤੇ ਬੰਦ ਕੀਤੀਆਂ ਨੇ ਪੰਜਾਬ ਦੀਆਂ, 7, 8, 9 ਨੂੰ। ਉਦੋਂ ਬਾਅਦ ਜੇ 9 ਤਰੀਕ ਨੂੰ ਕੋਈ ਨਾ ਫੈਸਲਾ ਕੀਤਾ ਤਾਂ ਅਣਸਮੇਂ ਲਈ ਇਹ ਮੰਡੀਆਂ ਬੰਦ ਕਰ ਦਿਆਂਗੇ, ਇਹ ਕਾਲੇ ਕਾਨੂੰਨ ਵਾਪਸ ਲੈ ਕੇ ਪਛਾਟਾਂਗੇ। ਥੈਂਕ ਯੂ ਜੀ। ਜਿਵੇਂ ਆਪਾਂ ਰੋਸ਼ਾ ਸਾਹਿਬ ਦੀ ਗੱਲ ਸੁਣੀ ਕਿ ਇੱਕ ਮਾਤਰ ਮੰਗ ਆ ਉਹਨਾਂ ਦੀ, ਜਿਹੜੇ ਕਾਲੇ ਕਾਨੂੰਨ ਹੈ ਰੱਦ ਕੀਤੇ ਜਾਣੇ ਚਾਹੀਦੇ ਨੇ, ਸਾਡੇ ਨਾਲ ਸਾਬਕਾ ਪ੍ਰਧਾਨ ਸੁੱਖੀ ਜੀ ਵੀ ਨੇ, ਵੈਲਕਮ ਸਰ ਸਾਡੇ ਚੈਨਲ 'ਤੇ। ਅਸੀਂ ਦੇਖਿਆ ਸਰ ਇਸ ਟਾਈਮ ਹੈ ਹਰੇਕ ਜਿਹੜਾ ਮੁੱਦਾ ਵੈ ਰਾਜਨੀਤੀ ਤੋਂ ਉੱਪਰ ਉੱਠ ਕੇ ਅਲੇਕ ਜਥੇਬੰਦੀਆਂ ਨੇ ਜਿਹੜੀਆਂ ਕਿ ਆਪਣੇ ਕਿਸਾਨ ਯੂਨੀਅਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ, ਤਾਂ ਉਹਦੇ ਵਿੱਚ ਖੰਨਾ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਬੜੀ ਅਨਾਜ ਮੰਡੀ ਹੈ, ਉਹਦਾ ਕੀ ਰੂਪਰੇਖਾ ਵੈ ਇਸ ਅੰਦੋਲਨ ਦੇ ਵਿੱਚ? ਸਰ ਗੱਲ ਇਹ ਹੈ ਕਿ ਜਿਹੜਾ ਜਿਹੜਾ ਮਸਲਾ ਹੈਗਾ ਇਹ ਸਾਰੇ ਪੰਜਾਬ ਦੀ ਆਰਥਿਕਤਾ ਦਾ ਮਸਲਾ ਹੈਗਾ, ਇਹਦੇ ਵਿੱਚ ਸਾਰੇ ਮਜ਼ਦੂਰ ਕਿਸਾਨ ਸਾਡਾ ਵਪਾਰੀ ਵਰਗ ਜਿਹੜਾ ਪੂਰਾ ਹੈਗਾ ਉਹ ਇਹਦੇ ਵਿੱਚ ਜਾ ਰਿਹਾ, ਸਾਡਾ ਆਪਣਾ ਮਸਲਾ ਹੈਗਾ, ਅਸੀਂ ਕਿਸਾਨਾਂ ਲਈ ਜਾ ਰਹੇ ਹੈਗੇ। ਉਹ ਫੈਡਰੇਸ਼ਨ ਆਫ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸਾਡੇ ਵਿਜੇ ਕਾਲੜਾ ਜੀ, ਜਿਨ੍ਹਾਂ ਦੀ ਰਹਿਣਮਾਈ ਹੇਠ ਇਹ ਸਾਰਾ ਜਿਹੜਾ ਕਾਫਲਾ ਉਹ ਉੱਥੇ ਪਹੁੰਚ ਰਿਹਾ, ਸਾਡੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਜੀ ਨੂੰ ਇਹ ਅਪੀਲ ਹੈਗੀ ਆ ਕਿ ਉਹ ਇਹ ਪੰਜਾਬ ਦਾ ਮਸਲਾ ਇਹਨੂੰ ਸਮਝ ਕੇ ਜਲਦੀ ਤੋਂ ਜਲਦੀ ਹੱਲ ਕਰਨ, ਤਾਂ ਕਿ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਆ ਉਹ ਬਹੁਤ ਵੱਡੀ ਖਤਰੇ 'ਚ ਹੈ ਕਾਨੂੰਨਾਂ ਨਾਲ। ਥੈਂਕ ਯੂ ਜੀ। ਜਿਵੇਂ ਕਿ ਅਸੀਂ ਗੱਲ ਸੁਣੀ, ਗੱਲ ਸੇਮ ਹੀ ਆ ਉਹਨਾਂ ਦੀ,
ਸਾਡੇ ਨਾਲ ਲਿਬੜਾ ਸਾਹਿਬ ਵੀ ਖੜੇ ਨੇ। ਲਿਬੜਾ ਜੀ, ਆਪਾਂ ਦੇਖਿਆ ਵਾ ਕਿ ਇਸ ਟਾਈਮ ਜਿਹੜੇ ਹਾਲਾਤ ਨੇ, ਜਿਹੜਾ ਅੰਦੋਲਨ ਹੈ 60-65ਵੇਂ ਦਿਨ 'ਚ ਪਹੁੰਚ ਚੁੱਕਿਆ ਅਤੇ ਲਗਾਤਾਰ ਉਹਨੂੰ ਹੋਰ ਭਰਮਾ ਹੁੰਗਾਰਾ ਮਿਲਦਾ ਜਾਂਦਾ। ਅੱਜ ਖੰਨੇ ਮੰਡੀ ਵੱਲੋਂ ਚੱਲੇ ਨੇ ਅਲੱਗ ਅਲੱਗ ਪੰਜਾਬ ਦੀਆਂ ਜਥੇਬੰਦੀਆਂ ਨੇ ਜਾਂ ਹੋਰ ਜਿਹੜੇ ਐਕਸ ਸਰਵਿਸ ਮੈਨਸ ਨੇ ਜਾਂ ਅਲੱਗ ਅਲੱਗ ਜਥੇਬੰਦੀਆਂ ਨੇ, ਪੂਰਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ। ਤਾਂ ਤੁਸੀਂ ਵੀ ਅੱਜ ਚੱਲਿਓ, ਤਾਂ ਜਦ ਤੱਕ ਇਹ ਕਿਸਾਨ ਅੰਦੋਲਨ ਚੱਲੂਗਾ ਤਾਂ ਅਸੀਂ ਕਹੀਏ ਕਿ ਖੰਨੇ ਦੇ ਜਿਹੜੇ ਤੁਸੀਂ ਸਭ ਇੱਕ ਅੱਜ ਜਿਹੜਾ ਚੱਲ ਰਿਹਾ ਤੁਹਾਡਾ, ਇੱਥੋਂ ਤੁਸੀਂ 25 ਬੱਸਾਂ ਲੈ ਕੇ ਜਾ ਰਹੇ ਹੋ, ਇਹ ਕੰਟੀਨਿਊ ਰਹੂਗਾ ਜੀ? ਦੇਖੋ, ਪੂਰੇ ਪੰਜਾਬ ਨੇ, ਆੜ੍ਹਤੀਆਂ ਨੇ ਫੈਸਲਾ ਕੀਤਾ, ਅਸੀਂ 3 ਦਿਨ ਲਈ ਮੰਡੀਆਂ ਬੰਦ ਕਰਕੇ 2-2 ਜ਼ਿਲ੍ਹੇ ਰੋਜ਼ ਇੱਥੇ ਦਿੱਲੀ ਜਾਵਾਂਗੇ। ਅਸੀਂ ਤਾਂ ਖੰਨਾ ਮੰਡੀ ਕਰਨੀ ਉਹ ਪੂਰਾ 1000 ਬੰਦੇ ਦਾ ਟੈਂਟ ਮੁੱਲ ਲੈ ਲਿਆ, ਅਸੀਂ ਉੱਥੇ ਇਹ ਟੈਂਟ ਲਾ ਦੇਣਾ। ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਪੰਜਾਬ ਦਾ ਆੜ੍ਹਤੀ ਉੱਥੋਂ ਵਾਪਸ ਨਹੀਂ ਆਊਗਾ। ਪੂਰੇ ਪੰਜਾਬ ਦਾ ਆੜ੍ਹਤੀ ਆ 2-2 ਜ਼ਿਲ੍ਹੇ ਡਿਸਟ੍ਰਿਕਟ ਵਾਈਜ਼ ਰੋਜ਼ ਜਾਣਗੇ, ਉੱਥੇ 2 ਜ਼ਿਲ੍ਹੇ ਮੁੜਨਗੇ, 2 ਜ਼ਿਲ੍ਹੇ ਜਾਇਆ ਕਰਨਗੇ। ਜਿੰਨਾ ਚਿਰ ਮੋਦੀ ਸਰਕਾਰ ਇਹ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਬਿਲਕੁਲ ਅਸੀਂ ਇੱਥੋਂ ਵਾਪਸ ਨਹੀਂ ਆਵਾਂਗੇ। ਥੈਂਕ ਯੂ ਜੀ ਲਿਬੜਾ ਸਾਹਿਬ, ਅਸੀਂ ਸਭ ਦੀ ਗੱਲ ਸੁਣੀ, ਉਹਨਾਂ ਦੀ ਇੱਕ ਮਾਤਰ ਮੰਗ ਹੈ ਕਿ ਪੰਜਾਬ ਦੇ ਵਜੂਦ ਦੀ ਲੜਾਈ ਹੈ ਅਤੇ ਜਦ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤੱਕ ਇਹ ਸੰਘਰਸ਼ ਜਾਰੀ ਰਹੂਗਾ। ਮੈਂ ਹਰਪ੍ਰੀਤ ਆਲੂਵਾਲੀਆ, ਮੇਰੇ ਸਾਥੀ ਵਿੱਕੀ ਵਡੇਰਾ ਜੀ, ਥੈਂਕ ਯੂ ਵੈਰੀ ਮੱਚ ਜੀ।